ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਦੇਖੀ ਬੜੀ ਵਾਇਰਲ ਹੋਈ ਜਿਹਦੇ ਵਿੱਚ ਰਾਤ ਦਾ ਵੇਲਾ ਤੇ ਬਾਈ ਸਾਈਕਲ ਲੈ ਕੇ ਆਉਂਦਾ ਘਰ ਦੇ ਵਿੱਚ ਇੰਨਾ ਚਾਅ ਹੁੰਦਾ ਹੈ ਵੀ ਘਰ ਵਾਲੇ ਤੇਲ ਚਾਉਂਦੇ ਆ ਵੀ ਸਾਡੇ ਘਰੇ ਅੱਜ ਸਾਈਕਲ ਆਇਆ ਲੈਂਦੀ ਗੱਡੀ ਬਾਈ ਚੱਲ ਬਦਾ ਨੇਰਾ ਜਾਂ ਬਾਲਾ ਹੀ ਕਰਿਆ ਹੁੰਦਾ ਚਲਾ ਕੇ ਲੈ ਕੇ ਆਇਆ ਬਹੁਤ ਚਾਅ ਯਾਰ ਬੱਚਿਆਂ ਨੂੰ ਹਨਾ खरीद नहीं सकता लोग देख लैन जो गड्डिया कारा रख के भी खुश नहीं महंगिया महंगिया हवेलियां बना के बंगले बना के भी खुश नहीं कहे च गड्डी ठोके कहे चौल ठोके कोई दर्द नहीं होंदा सानू उहनां दे साइकल दा मींच ना कढ़न दा भी डर रहिंदा वी खराब ना हो जाए ਉਹ ਬਈ ਐ ਰੇੜਾ ਬਾਹ ਚਲਾ ਕੇ ਲੈ ਆਪ ਜਿਵੇਂ ਮੋਟਰਸਾਈਕਲ ਹੁੰਦਾ ਐ ਆਉਂਦਾ ਸੀਗਾ 30 ਦੀ ਸਪੀਡ ਤੇ ਮੋਟਰਸਾਈਕਲ ਨੂੰ ਕੱਟ ਕਰਨ ਪੈਂਦਾ ਹੈਗਾ ਕਿਸੇ ਨੇ ਰਿਸ਼ਤੇਦਾਰ ਦੀ ਮਦਦ ਨਹੀਂ ਕੀਤੀ ਮਦਦ ਤਾਂ ਨਹੀਂ ਕੀਤੀ ਸਲਾਹਾਂ ਦੇ ਦਿੰਦੇ ਆ ਕੇ ਪਰ ਮਦਦ ਨਹੀਂ ਕਰਦੇ ਕਹਿੰਦੇ ਐ ਕਰ ਲਿਓ ਐ ਕਰ ਲਿਓ ਕਹਿੰਦੇ ਜਦੋਂ ਤੁਸੀਂ ਐ ਤੇਲ ਚਾਉਂਦੇ ਹੋ की सोच के तेल चुने क्योंकि अजकल दे लोकां नूं तां वड्डियां वड्डियां गड्डियां रख के भी सबर नहीं आउंदा सानूं तां बस इहदे नाल ही भी गड्डी जहाज मिल गया सानूं गड्डी मिल गई जहाज मिल गया यही है सारा कुछ सानूं बहुत खुशी होई सत श्री अकाल जी तुसीं देख रहे हो शब्द जिथे अज दे दौर दे विच लोकां नूं वड्डियां वड्डियां गड्डियां रख के वड्डियां वड्डियां जमीनां दे मालक हो के भी सबर नहीं आउंदा खुशियां नहीं आउंदियां ते एक बाई साइकल लैके भी खुश आ पिछले दिनी तुसी एक वीडियो देखी बड़ी वायरल हुई जिदे विच रात दा वेला ते बाई साइकल लैके आउंदा घर दे विच इन्ना चा हुंदा वी घर वाले तेल चाउंदे आ वी साडे घरे अज साइकल आया उहदे घरे पहुंचे ते घर दे हालात जिहड़े बहुत ही माड़े वेखे आ उहदे सिर ते जे छत दी गल करिए उह वी टीना दी बणी हुई है इत्थों तक कि बाई कहिंदा वी इक अजिहा टाइम भी सी ਵੀ ਮੈਂ ਬੱਲੀਆਂ ਵੀ ਚੁੱਕਦਾ ਰਿਹਾ ਖੇਤਾਂ 'ਚੋਂ ਆਪਣੇ ਬੱਚਿਆਂ ਦੇ ਲਈ ਫਿਰ ਪਿੰਡ 'ਚੋਂ ਦਾਣੇ ਵੀ ਮੰਗੇ ਅਤੇ ਪਿੰਡ ਵਾਲੇ ਨੇ ਦਾਣੇ ਦੇਣ ਤੋਂ ਮਨਾ ਵੀ ਕਰ ਦਿੱਤਾ ਨਾਲੇ ਪੈਸੇ ਦੇਣੇ ਸੀ ਤਾਂ ਵੀ ਉਹਨਾਂ ਨੇ ਦਾਣੇ ਨਹੀਂ ਦਿੱਤੇ ਕਿਉਂਕਿ ਮੇਰਾ ਕਸੂਰ ਇੱਕ ਹੀ ਹੈ ਵੀ ਮੈਂ ਗਰੀਬ ਹਾਂ ਆਓ ਉਸ ਬਾਈ ਨਾਲ ਗੱਲਬਾਤ ਕਰਾਂਗੇ ਕਿੱਦਾਂ ਉਹ ਵੀਡੀਓ ਬਣਦੀ ਹੈ ਕੀ ਹੁਣ ਤੱਕ ਦੁੱਖ ਚੱਲ ਚੁੱਕਾ ਆਓ ਉਸ ਬਾਈ ਨਾਲ ਗੱਲ ਕਰਦੇ ਮੈਂ ਇੱਥੇ ਵਾਧੂ ਦੇ ਸਰਦਾਰਾਂ ਨੂੰ ਵੀ ਇਹ ਗੱਲ ਕਹਿ ਦੇਵਾਂ ਵੀ ਇੱਦਾਂ ਦੀਆਂ ਸਰਦਾਰੀਆਂ ਕਿਸੇ ਕੰਮ ਦੀਆਂ ਨਹੀਂ ਜਿਹੜੀਆਂ ਧਰਨੇ ਵੇਲੇ ਕਿਸਾਨ ਮਜ਼ਦੂਰ ਏਕਤਾ ਬਣ ਜਾਂਦੀਆਂ ਅਤੇ ਧਰਨਿਆਂ ਤੋਂ ਬਾਅਦ ਇਕੱਲੇ ਕਿਸਾਨ ਅਲੱਗ ਹੋ ਜਾਂਦੇ ਆ ਮਜ਼ਦੂਰਾਂ ਨੂੰ ਮੁੱਲ ਵੀ ਕਣਕ ਨਹੀਂ ਮਿਲਦੀ ਬਾਈ ਉਹਨੇ ਵੀਡੀਓ ਉਹੀ ਬਣਾ ਲਈ ਸੀਗੀ ਵੀ ਯਾਦਗਿਰੀ ਜੀ ਰੱਖ ਲਾਂਗੇ ਅਤੇ ਉਹਨੇ ਵੀਡੀਓ ਪਾਤੀ ਅਤੇ ਵੀਡੀਓ ਕੁਦਰਤੀ ਵਾਇਰਲ ਹੋ ਗਈ ਅਤੇ ਇਹ ਬਾਈ ਤੁਸੀਂ ਵੀਡੀਓ ਵਾਇਰਲ ਹੋਈ ਇਹ ਬਈ ਸਾਈਕਲ ਤੁਸੀਂ ਕਿੱਥੋਂ ਲੈਣ ਗਏ ਸੀ ਦੇਖਿਆ ਹਨੇਰਾ ਹੋ ਗਿਆ ਯਾਰ ਹਨੇਰੇ ਤੁਸੀਂ ਸਾਈਕਲ ਲਈ ਆਉਣੇ ਸਾਈਕਲ ਜੀ ਅਸੀਂ ਭਦੌੜੋਂ ਲੈਣ ਗਏ ਸੀ ਅੱਛਾ ਇੰਨੀ ਵਾਟ ਗਏ ਤੁਸੀਂ ਸਾਈਕਲ ਲੈਣ ਹਾਂਜੀ ਹਾਂਜੀ ਭਦੌੜ ਸਾਨੂੰ 12-13 ਕਿਲੋਮੀਟਰ ਵਾਟ ਗਏ ਜੀ ਤੇ ਆਉਂਦਿਆਂ ਸਾਨੂੰ ਚਲਾ ਕੇ ਲੱਗਿਆ ਹਨੇਰਾ ਤਾਂ ਹੋ ਗਿਆ ਜੀ ਫਿਰ ਆਉਣ ਸਾਰ ਇਹ ਮੇਰੇ ਘਰ ਵਾਲੀ ਤੇ ਬੱਚੇ ਖੜੇ ਸੀ ਤੇਲ ਚੋਣਿਆ ਸੀ ਇਹਨਾਂ ਨੇ ਸਾਈਕਲ ਇਹਨਾਂ ਨੇ ਭਾਰੀ ਤਾਂ ਮੇਰੇ ਭਾਰੀ ਸਾਈਕਲ ਤਿਆਰ ਕਰ ਦੋ ਝੋਨਾ ਲਾਇਆ ਮਿਹਨਤ ਕੀਤੀ ਫਿਰ ਵਿਚਾਰੇ ਨੇ ਸਾਈਕਲ ਲਿਆਂਦਾ ਇਹ ਫਿਰ ਪਹਿਲਾਂ ਹੀ ਮਿਥਿਆ ਸੀ ਵੀ ਝੋਨਾ ਲਾ ਕੇ ਸਾਈਕਲ ਲਿਆਉਣਾ ਹਾਂਜੀ ਵਿਚਾਰ ਤਾਂ ਬਹੁਤ ਟਾਈਮ ਦਾ ਸੀ ਬੱਚੇ ਸਕੂਲ ਜਾਣ ਕਨੋਂ ਕਈ ਵਾਰੀ ਛੱਡਣ ਕਨੋਂ ਲੇਟ ਹੋ ਜਾਂਦੇ ਔਖੇ ਹੁੰਦੇ ਮੋਟਰਸਾਈਕਲ ਮੰਗਿਆ ਕੋਈ ਛੇਤੀ ਦਿੰਦਾ ਨੀਗਾ ਫਿਰ ਜਵਾਕਾਂ ਦਾ ਵੀ ਮਸਲਾ ਇਹ ਸੀ ਕੋਈ ਨਾ ਕੋਈ ਚੀਜ਼ ਲੱਗੇ ਇਹ ਕਹਿੰਦੇ ਵੀ ਸਾਨੂੰ ਆਹ ਸਾਈਕਲ ਜਿਹੜਾ ਮੋਟਰਸਾਈਕਲ ਵੀ ਹੈ ਗੱਡੀ ਵੀ ਹੈਗਾ ਵੀ ਜਿਹੜਾ ਅਸੀਂ ਸਕੂਲ ਜਾ ਵੜਦੇ ਹਾਂ ਜਵਾਕ ਬੇਟਾ ਪੁੱਤ ਕਿਹੜੀ ਕਲਾਸ 'ਚ ਪੜ੍ਹਦਾ ਤੀਜੀ 'ਚ ਪੜ੍ਹਦਾ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਪੁੱਤ ਸੱਤਵੀਂ 'ਚ ਪੜ੍ਹਦੇ ਸੱਤਵੀਂ 'ਚ ਪੜ੍ਹਦੇ ਹੋ ਭੈਣੇ ਜਦੋਂ ਤੁਸੀਂ ਆਹ ਤੇਲ ਚਾਉਂਦੇ ਹੋ ਕੀ ਸੋਚ ਕੇ ਤੇਲ ਚਾਉਂਦੇ ਹੋ ਕਿਉਂਕਿ ਅੱਜ ਕੱਲ੍ਹ ਦੇ ਲੋਕਾਂ ਨੂੰ ਤਾਂ ਵੱਡੀਆਂ ਵੱਡੀਆਂ ਗੱਡੀਆਂ ਰੱਖ ਕੇ ਵੀ ਸਬਰ ਨਹੀਂ ਆਉਂਦਾ
पैसे बन जाते कि ला दें बस बन गया हो पांच छे छे हजार बन गया होगा बस इना कोई ऐतक थोड़ा ही लग गया झोना हजे मक्कां मुक्कां आले खड़े है पार्टी पार्टी को मेरे ठेके मेरी मैं बाणिया लाने बी ए अपना जेड़ा साइकिल लिया ਇਹਦੀ ਚਰਚਾ ਸਾਰੇ ਪਾਸੇ ਹੋ ਗਈ ਤੇ ਰਿਸ਼ਤੇਦਾਰਾਂ ਨੇ ਵੀ ਵੇਖੀ ਬੁਖੀ ਹੋਣੀ ਆ ਉਹਨਾਂ ਨੇ ਫੋਨ ਲਾਇਆ ਤੁਹਾਨੂੰ ਹਾਂ ਰਿਸ਼ਤੇਦਾਰਾਂ ਲਾਇਆ ਫੋਨ ਜੀ ਕੁੜੀਆਂ ਨੇ ਮੇਰੀਆਂ ਭੈਣਾਂ ਨੇ ਲਾਏ ਸੀ ਹੋਰ ਦੀ ਕਿਸੇ ਨੇ ਫੋਨ ਲਾਇਆ ਹੋਰ ਜੀ ਲਾਇਆ ਨਹੀਂ ਇੱਕ ਮੇਰੇ ਮਾਮੀ ਨੇ ਲਾਇਆ ਸੀ ਇੱਕ ਘਰ ਬਾਰ ਕਿੰਨੀ ਦੇਖੀ ਆਪਾਂ ਬੜਾ ਮਾੜਾ ਜਿਹਾ ਹਾਲ ਆ ਹਨਾ ਬੜੇ ਖਸਤਾ ਜਿਹਾ ਹਾਲ ਹੈ ਕਿਸੇ ਨੇ ਰਿਸ਼ਤੇਦਾਰ ਦੀ ਮਦਦ ਨਹੀਂ ਕੀਤੀ मदद नहीं की सलाह दे दें आगे पर मदद नहीं करते कहते आए कर लियो आए कर लियो इतों आए पालो इतों आए पालो सलाह दे जाते पर मदद नहीं करते गे मतलब हम माड़े बंदे की कौन कर देते तो इन्हें मुड़के देने नहीं गे तो माड़े बंद काम भी थोड़ा जहा ही होंगे जी अगले को नहीं बनते होंगे तो अं डरते ही नहीं देंगे अगला कहते को कितों बन गए तो बी कि मन नहीं डोलिया क्योंकि जिम्मे भैन हो रहा अक्सर औरतों की गल करिए थोड़ा जहा कितना कित डोल जाती हैं ਤੁਸੀਂ ਕਦੇ ਡੋਲੇ ਹੋਵੋ ਕਦੇ ਡੋਲੇ ਨਹੀਂ ਤੁਸੀਂ ਨਹੀਂ ਜੀ ਸਾਨੂੰ ਤਾਂ ਅਸੀਂ ਸਾਨੂੰ ਪਰਮਾਤਮਾ ਨੇ ਜਿਹੜਾ ਇਨਸਾਨ ਹੀ ਬਣਾ ਤਾ ਨਹੀਂ ਵਧ ਗਿਆ ਬਸ ਗਿਆਨ ਤਾਂ ਹੈਗਾ ਗਾ ਕਮਾ ਲੈਂਦੇ ਖਾ ਲੈਂਦੇ ਉਹੀ ਬੱਚਿਆਂ ਨੂੰ ਦੱਸੀ ਦਾ ਇੱਕ ਗੱਲ ਹੋਰ ਆ ਬਈ ਜਿਹੜੀਆਂ ਖੁਸ਼ੀਆਂ ਤੁਹਾਡੇ ਘਰੇ ਆ ਉਹ ਕੋਈ ਲੱਖਾਂ ਰੁਪਇਆ ਲਾ ਕੇ ਵੀ ਖਰੀਦ ਨਹੀਂ ਸਕਦਾ ਸਾਨੂੰ ਤਾਂ ਬਈ ਨਜਾਇਜ਼ ਦੀ ਖੁਸ਼ੀਆਂ ਬੇਹੱਦ ਖੁਸ਼ੀਆਂ ਸਾਨੂੰ ਤਾਂ ਪੂਰੀਆਂ ਕਹਿੰਦੇ ਵੀ ਆ ਨਾ ਬਈ ਤੰਗੀਆਂ ਤੇ ਥੋੜਾ ਚ ਜਿਹੜਾ ਬੰਦਾ ਖੁਸ਼ ਰਹਿੰਦਾ ਅਸਲ ਚ ਇਨਸਾਨ ਹੀ ਉਹ ਹੁੰਦਾ ਹਾਂਜੀ 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 ਜਿਹੜਾ ਬੰਦਾ ਹੁਣ ਥੱਲੇ ਉੱਠਦਾ ਤਾਂ ਉਹਨੂੰ ਫਿਰ ਹੀ ਪਤਾ ਲੱਗਦਾ ਫਿਰ ਹੀ ਜਾ ਕੇ ਦੂਜਿਆਂ ਦੀ ਮਦਦ ਕਰਦਾ ਜਿਹੜੇ ਬੰਦੇ ਨੂੰ ਆਈ ਨਹੀਂ ਪਤਾ ਵੀ ਯਾਰ ਕਿਵੇਂ ਕਮਾਈ ਸੀ ਕਿਵੇਂ ਨਹੀਂ ਉਹਦੇ ਚ ਕਾਹੇ ਚ ਗੱਡੀ ਠੋਕੇ ਕਾਹੇ ਚੌਂ ਠੋਕੇ ਉਹਨੂੰ ਕੋਈ ਦਰਦ ਨਹੀਂ ਹੁੰਦਾ ਸਾਨੂੰ ਉਹਨਾਂ ਦੇ ਸਾਈਕਲ ਦਾ ਮੀਂਹ ਚ ਨਾ ਕੱਢਣ ਦਾ ਵੀ ਡਰ ਰਹਿੰਦਾ ਵੀ ਖਰਾਬ ਨਾ ਹੋ ਜਾਏ ਸਾਡੇ ਪੈਸੇ ਲੱਗੇ ਕੋਲ ਮਿਹਨਤ ਦੀ ਕਮਾਈ ਜੇ ਸਾਡੀ ਕਮਾਈ ਸਾਨੂੰ ਕਿਸੇ ਦਾ ਹੋਰ ਦਿੱਤਾ ਵਾ ਹੁੰਦਾ ਸੀ ਸਾਈਕਲ ਫਿਰ ਅਸੀਂ ਭਜਾਈ ਫਿਰਦੇ ਦੋ ਦੋ ਵਾਰੀ ਧੋਈਦਾ ਕਈ ਵਾਰੀ ਉਦੋਂ ਕਿਹੜਾ ਕੱਢ ਕੇ ਆਈ ਪਰ ਇਹ ਲੱਗਿਆ ਰਹਿੰਦਾ ਹੈਗਾ ਸਾਈਕਲ ਹੀ ਧੋਈ ਜਾਂਦੇ ਰਹਿੰਦੇ ਆ ਸਾਫ਼ ਕਰਨ ਲੱਗਿਆ ਰਹਿੰਦਾ ਹੈਗਾ ਕੋਈ ਦੇਖ ਲੈਂਦਾ ਕੁੱਤੇ ਆਏ ਕੁਛ ਹੋਇਆ ਪਿਆ ਸਾਫ਼ ਕਰ ਦਈਏ ਠੀਕ ਹੈ ਬਈ ਵੀਡੀਓ ਕੀ ਸੋਚ ਕੇ ਬਣਾਈ ਸੀਗੀ ਵੀਡੀਓ ਤਾਂ ਹੀ ਸੋਚ ਕੇ ਬਣਾਈ ਸੀ ਵੀ ਯਾਦਗਰੀ ਜੀ ਰੱਖ ਲਾਂਗੇ ਵੀ ਜਵਾਕ ਨੂੰ ਦੱਸ ਦਿਆ ਕਰਾਂਗੇ ਪਹਿਲੀ ਕਮਾਈ ਤੋਂ ਸਾਈਕਲ ਲਿਆ ਸੀ ਕਿ ਤੂੰ ਵੀ ਹੁਣ ਕੋਈ ਨਾ ਕੋਈ ਸਾਫ਼ ਕਰਿਆ ਕਰ ਮੈਂ ਤਾਂ ਇੰਨਾ ਕਰਿਆ ਸੀ ਤੂੰ ਵੀ ਆਪਦਾ ਆਪ ਕਰੀ ਤੂੰ ਮਿਹਨਤ ਕਰੀ ਕਿਸੇ ਨਾਲ ਠੱਗੀ ਧੋਖਾ ਨਾ ਕਰੀ ਕੋਈ ਨਸ਼ਾ ਨਾ ਕਰੀ ਮਿਹਨਤ ਕਰਕੇ ਸਾਈਕਲ ਲਿਆ ਗਿਆ ਹੁਣ ਦੋ ਨੰਬਰ ਦਾ ਕੰਮ ਕਰਨ ਲੱਗ ਗਏ ਉਹਨੇ ਭਾਵੇਂ ਗੱਡੀ ਲੈ ਲਈ ਪਰ ਇਹੋ ਜਿਹਾ ਕੰਮ ਹੀ ਨਹੀਂ ਕਰਨਾ ਠੱਗੀ ਧੋਖੇ ਵਾਲਾ ਨਾ ਕੋਈ ਨਸ਼ੇ ਵਾਲਾ ਕਰਨਾ ਆਪਦੀ ਹੱਕ ਹਲਾਲ ਦੀ ਕਮਾਈ ਤੇ ਲੈ ਝੋਨਾ ਲਾ ਕੇ ਲਿਆ ਗਿਆ ਕੋਈ ਠੱਗੀ ਨਹੀਂ ਸਾਰੇ ਪਿੰਡ ਨੂੰ ਪਤਾ ਹੈਗਾ ਬਾਕੀ ਆਪਣੀ ਸਾਰਿਆਂ ਨਾਲ ਹੁਣ ਲੋਟ ਹੈਗੀ ਸਾਰੇ ਵਧਾਈਆਂ ਦੇ ਕੇ ਗਏ ਹੈਗੇ ਸਾਈਕਲ ਲਿਆਂ ਦਾ ਫਿਰ ਜਦੋਂ ਪਿੰਡ 'ਚ ਆਏ ਹੋਣਗੇ ਲੋਕਾਂ ਨੇ ਵਧਾਈਆਂ ਦਿੱਤੀਆਂ ਹੋਣਗੀਆਂ हां जी हां जो लंघते उदो ही बधाइया देंगे दे बाकी मैं किसी ने बई लड़िया बोलिया ही नहीं गया सारे इतने अपने जगह भी थड़ा है इतो पुछ लियो कि बंदा हम दस दे अपनी सारे आना बोल ल सब नस के बुलाई दे घर के हालात देखते हैं घर के हालात बड़े माड़े है एक भरा ना गल हुई कहता भी मैं यार की झोना लाया तो मैं क्या बई न छत बदल के दी हाँ जी हाँ जी ओह जी मेरे नाल ही होंगे ਕਹਿੰਦਾ ਐਤੀ ਵੀ ਪੂਰਾ ਜ਼ੋਰ ਲੱਗਿਆ ਵਾ ਵੀ ਐਤੀ ਤੇਰੀ ਛੱਤ ਪਾਉਣੀ ਪਾਉਣੀ ਹੈ ਕਹਿੰਦਾ ਤੇ ਕਹਿੰਦਾ ਕੋਈ ਨਾ ਮਦਦ ਕਰੇ ਕਹਿੰਦਾ ਆਪਾਂ ਝੋਨਾ ਲਾ ਕੇ ਗਏ ਤੂੜ ਫੜ ਤੜ ਕੇ ਪਾਵਾਂਗੇ ਪਾਵਾਂਗੇ ਕਹਿੰਦਾ ਬਹੁਤ ਔਖਾ ਹੋ ਜਾਂਦਾ ਹਨੇਰੀ ਚ ਮੀਂਹ ਚ ਸਿਆਲ ਚ ਵੀ ਔਖਾ ਹੁੰਦਾ ਕਹਿੰਦਾ ਤਾਂ ਬਈ ਆਓ ਬਾਈ ਦੱਸੀ ਜਾਂਦਾ ਸੀ ਕਹਿੰਦਾ ਵੀ ਜਵਾਕ ਗਰਮੀ ਚ ਬੈਠੇ ਰਹਿੰਦੇ ਸੀਗੇ ਵੀ ਕੂਲਰ ਦਾ ਵੀ ਹੈ ਨਹੀਂ ਸੀ ਤੇ ਕੂਲਰ ਵੀ ਹਨਾ ਤੁਸੀਂ ਲਿਆਂਦਾ ਹਾਂਜੀ 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 ਇਹਦਾ ਵੀ ਹਾਲੇ ਜੋ ਕਿਸ਼ਤਾਂ ਦੀ ਕਰਿਆ ਚਾਹੀਦਾ ਤੇ ਬਈ ਕਮਾਈ ਦਾ ਸਾਧਨ ਕੀ ਆ ਤੁਹਾਡਾ ਕਮਾਈ ਦਾ ਸਾਧਨ ਕੋਈ ਨਹੀਂ ਦਿਹਾੜੀ ਜਾਂਦੇ ਬਸ ਮਜ਼ਦੂਰੀ ਕਰਦੇ ਡੇਲੀ ਲੱਗ ਜਾਂਦੀ ਹੈ ਦਿਹਾੜੀ ਨਹੀਂ ਜੀ ਡੇਲੀ ਨਹੀਂ ਲੱਗਦੀ ਮਹੀਨੇ ਦੇ 10-12 ਦਿਨ ਦਿਹਾੜੀ ਦੇ ਲੱਗਦੇ ਤਾਂ ਹੀ ਤਾਂ ਪੈਸੇ ਨਹੀਂ ਜੁੜਦੇ ਜੀ 10-12 ਦਿਨ ਕੰਮ ਚੱਲਦਾ ਬਾਕੀ ਦਿਨ ਵਿਹਲੇ ਹੁੰਦੇ ਆ ਤੇ ਬਈ ਇੱਕ ਹੋਰ ਮੈਂ ਗੱਲ ਸੁਣੀ ਸੀ
ਉਹ ਦਾਣੇ ਵਾਲਾ ਕੀ ਮਸਲਾ ਸੀ? ਕਹਿੰਦੇ ਵੀ ਤੁਸੀਂ ਦਾਣੇ ਲੈਣ ਗਏ ਤੇ ਬਸ ਕਸੂਰ ਇਹੀ ਰਹਿ ਗਿਆ ਵੀ ਅਸੀਂ ਗਰੀਬ ਸੀ ਤਾਂ ਕਰਕੇ ਕਿਸੇ ਨੇ ਸਾਨੂੰ ਮੁੱਲ ਵੀ ਦਾਣੇ ਨਹੀਂ ਦਿੱਤੇ। ਉਹ ਜੀ ਹਾਂ ਜੀ, ਅਸੀਂ ਕਣਕ ਪੁੱਛੀ ਸੀ ਪਿੰਡ ਜ਼ਿਮੀਂਦਾਰਾਂ ਨੂੰ, ਕਈ ਭਰਾਵਾਂ ਨੂੰ ਪੁੱਛੀ ਤੇ ਕੋਈ ਉੱਤਰ ਜਵਾਬ ਨਹੀਂ ਦਿੱਤਾ ਵੀ ਲੈ ਜਾਓ ਜਾਂ ਨਾ ਲੈ ਜਾਓ। ਹਾਰ ਕੇ ਫਿਰ ਬਾਈ ਮੰਡੀ ਚ ਪੁੱਛੀ ਕਣਕ ਲੱਗ ਗਈ, ਉਹ ਵੀ ਦਾਣੇ ਵੀ ਨਹੀਂ ਦਿੱਤੇ। ਅਗਲਾ ਕਹਿੰਦਾ ਅਰੇ ਕਿੱਥੋਂ ਪੈਸੇ ਦੇ ਦੂਗਾ, ਗਰੀਬ ਹੈਗਾ। ਹਾਂ ਬਾਈ ਬਹੁਤ ਬਹੁਤ ਸ਼ੁਕਰੀਆ, ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਦੀਆਂ ਸੀ, ਪਰ ਇੱਕ ਸਮੇਂ ਦੀ ਹੈ ਨਾ ਮਰਿਆਦਾ ਹੁੰਦੀ ਹੈ। ਕੋਈ ਗੱਲ ਨਹੀਂ ਬਾਈ ਜੀ, ਧੰਨਵਾਦ ਤੁਹਾਡਾ, ਬਸ ਦਰਸ਼ਨ ਹੋ ਗਏ ਤੁਹਾਡੇ ਜਿਹੜੇ ਆ ਗਏ ਸਾਡੇ। ਬਾਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਿਆ। ਅਸਲ 'ਚ ਉਹ ਵੀ ਲੋਕ ਦੇਖ ਲੈਣ ਜੋ ਗੱਡੀਆਂ ਕਾਰਾਂ ਰੱਖ ਕੇ ਵੀ ਖੁਸ਼ ਨਹੀਂ, ਮਹਿੰਗੀਆਂ ਮਹਿੰਗੀਆਂ ਹਵੇਲੀਆਂ ਬਣਾ ਕੇ ਬੰਗਲੇ ਬਣਾ ਕੇ ਵੀ ਖੁਸ਼ ਨਹੀਂ, ਉਹ ਇਸ ਘਰ ਦੇ ਹਾਲ ਵੇਖ ਲੈਣ, ਚਾਹੇ ਥੋੜ੍ਹਾ ਏ ਚਾਹੇ ਤੰਗੀਆਂ ਨੇ, ਪਰ ਫਿਲਹਾਲ ਖੁਸ਼ ਨੇ, ਖੁਸ਼ਹਾਲ ਜੀਵਨ ਹੈ। ਇਜਾਜ਼ਤ ਚਾਹਵਾਂਗਾ, ਸਤਿ ਸ਼੍ਰੀ ਅਕਾਲ।